ਛੇਤੀ ਕਰ ਲਾ ਬੁੱਧੂ, ਪਕੌੜੇ ਨਿਕਲ ਜਾਣੇ ਗੁਰੂ ਘਰੇ। ਤੇਰੀ ਓਫ ਹੋ ਗਈ ਆ ਵੀ ਸਾਨੂੰ ਸਿਫਟ ਨੂੰ ਦੇ ਦੋ, ਅਸੀਂ ਫਿਲਮ ਵਿੱਚ ਸਿਫਟ ਨੂੰ ਲੈਣਾ ਵਾ। ਅਸੀਂ ਚੱਲੇ ਅੱਜ ਬਾਬਾ ਜੀ ਦੇ ਬਾਏ ਬਾਏ। ਨਹੀਂ ਪੁੱਤ, ਅਜੇ ਕਿੱਥੇ ਹੁਣੇ ਬਾਏ ਬਾਏ ਤੇ ਸਟਾਰਟ ਕੀਤਾ ਆਪਾਂ। ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਜਣੇ ਠੀਕ ਹੋਗੇ। ਅੱਜ ਅਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ। ਹਾਂਜੀ ਹਾਂ, ਅੱਜ ਸੰਡੇ ਆ ਤੇ ਮੋਸਟਲੀ ਅਸੀਂ ਸਾਰੇ ਜਣੇ ਸੰਡੇ ਹੀ ਗੁਰੂ ਘਰੇ ਜਾਂਦੇ ਹੁੰਦੇ ਆ। ਜਾਂਦਿਆਂ ਨੂੰ ਗੁਰੂ ਘਰ ਪਹਿਲਾਂ ਇਹਨੇ ਮੱਤ ਦੇਣੀ ਹੁੰਦੀ, ਮੈਂ ਕਹਿਣਾ ਮੱਥਾ ਟੇਕੀਏ ਪਹਿਲਾਂ, ਇਹਨੇ ਕਹਿਣਾ ਨੀ ਪਹਿਲਾਂ ਮੈਂ ਬ੍ਰੈਡ ਖਾਣੇ, ਪਹਿਲਾਂ ਮੈਂ ਪਕੌੜੇ ਖਾਣੇ ਆ। ਅੱਜ ਵੀ ਅਸੀਂ ਚੱਲੇ ਹਾਂ, ਜਾਣ ਹੋਣੀ ਸਾਡੀ ਬਹਿ ਲੱਗੀ ਆ ਗੱਡੀ 'ਚ ਤੇ ਅਸੀਂ ਫਟਾਫਟ ਸਟਾਰਟ ਕੀਤਾ ਵਲੌਗ। ਪਹਿਲਾਂ ਅਸੀਂ ਸੋਚਿਆ ਸੀ ਅਸੀਂ ਗੁਰੂ ਘਰ ਤੋਂ ਆ ਕੇ ਕਰ ਦਾਂਗੇ, ਬਟ ਅਸੀਂ ਥੋੜ੍ਹੀ ਸਟਾਰਟਿੰਗ ਕਰ ਲਈ ਆ। ਬਾਕੀ ਦੇਖਦੇ ਹਾਂ ਅੱਜ ਦਾ ਦਿਨ ਸਾਡਾ ਕਿੱਦਾਂ ਸਪੈਂਡ ਹੁੰਦਾ, ਤੇ ਫਿਰ ਪਲੀਜ਼ ਸਾਡਾ ਵਲੌਗ ਦੇਖਦੇ ਰਹੋ ਐਂਡ ਤੱਕ। ਗੁਰੂ ਘਰੇ ਢੱਕ ਕੇ ਜਾਈਦਾ। ਹਾਂ ਆ ਗੁਰੂ ਕਿੱਚੇ ਮੀਓ, ਬਾਏ ਕਰ ਦੋ ਮੀਓ ਨੂੰ। ਕਿ ਮੀਓ ਅਸੀਂ ਚੱਲੇ ਘੁੰਮੀ ਕਰਨ, ਕਿੱਥੇ ਸਾਨੂੰ ਪਰ ਇਹ ਵੀ ਨੀ ਪਤਾ ਨੀ ਚੱਲੇ ਕਿੱਥੇ ਆ। ਇੱਥੇ ਹਰ ਸ਼ਹਿਰ ਹੋ ਕੇ ਆ ਗਏ ਘਰੋਂ, ਬਾਹਰ ਪਈ ਜਾਂਦਾ ਮੀਂਹ। ਕਿੰਨਾ ਸੋਹਣਾ ਵੈਦਰ ਹੋਇਆ ਪਿਆ ਨਾ ਬਾਹਰ, ਸੋਹਣਾ ਕਾ ਯਾਰ, ਮੈਸੀ ਹੋਇਆ ਪਿਆ ਵੈਸੇ ਕੰਮ ਹਨਾ ਯਾਰ, ਮਜ਼ਾ ਹੀ ਮਰ ਗਿਆ ਜੇ ਨਾ। ਇੰਨਾ ਵੀ ਨੀ ਹੋਣਾ ਚਾਹੀਦਾ ਮੀਂਹ ਹੈ। ਲੌਂਗ ਟ੍ਰਿਪ ਸੀਗਾ ਅੱਜ ਯਾਰ, ਅਸੀਂ ਲਾਸਟ ਟਾਈਮ ਵੀ ਸੋਚਿਆ ਸੀਗਾ, ਲਾਸਟ ਟਾਈਮ ਵੀ ਇਹੀ ਸਪੋਇਲ ਆ ਗਈ ਹਾਲ ਹਨਾ। ਚਲੋ ਇਟਸ ਓਕੇ, ਨੈਕਸਟ ਟਾਈਮ ਸਹੀ। ਜਾ ਨਾ ਛੇਤੀ ਆ ਜਾ, ਮੀਂਹ ਆ ਗਏ, ਜਾ ਨੇ ਜਾਨ ਜਾ। ਕੈਫੇ ਹੁਣ ਪਤਾ ਨੀ ਆ, ਮੈਨੂੰ ਲੱਗਦਾ ਬਾਰ ਬੰਦ ਹੋ ਗਿਆ ਉਹ ਵਾਲਾ ਦੇਖੋ ਕੈਫੇ। ਹਾਂ ਸਿਫਟ ਕੀ ਲੈਣਾ ਬੁੱਧ, ਜਾਨ ਸਾਡੀ ਬਹਿ ਗਈ ਆ। ਜਾਨ ਕੈਫੇ ਕਿੱਦਾਂ ਲੱਗਾ ਤੁਹਾਨੂੰ, ਠੀਕ ਆ? ਕੈਫੇ ਸੋਹਣਾ, ਕੈਫੇ ਸੋਹਣਾ ਵਾ। ਜਾਨ ਜਾਨ ਮਨ ਸਿਫਤ ਜਾਨ ਉਹ ਸੋਰੀ, ਚਾਹ ਲਾਟੇ ਕਿਹੜੀ ਕਿਹੜੀ ਆ? ਸਪਾਈਸੀ ਲਾਈਕ ਹੋਰ ਹੋਰ ਚਾਹ ਲਾਟੇ ਕਿਹੜੀ, ਇੱਕ ਸਵੀਟ ਐਂਡ ਹੋਰ ਬਾਕੀ ਆਪਣੀ ਜਿਹੜੀ ਨਾਰਮਲ ਉਦਾਂ ਵੀ ਹੁੰਦੀਆਂ ਨਾ, ਹਾਂ ਫਲੈਟ ਵਾਈਟ ਕੈਪੂਚੀਨੋ ਲਾਟੇ। ਨਹੀਂ ਮੈਂ ਚਾਹ ਲਾਟੇ, ਆਈ ਲਾਈਕ ਚਾਹ ਲਾਟੇ ਯਾ। ਤੁਸੀਂ ਭਾਜੀ ਕੈਪੂਚੀਨੋ ਪੀਣੀ ਲਾਟੇ, ਚਾਹ ਲਾਟੇ ਸਹੀ ਆ। ਜਾਨ ਨੂੰ ਬਹੁਤੀ ਯਾਰ ਗਰਮੀ ਬਹੁਤ ਮਨਾਉਂਦੀ ਹੈ ਹਨਾ, ਉੱਥੇ ਵੀ ਇਹ ਸ਼ੂਜ਼ ਲਾ ਕੇ ਚੱਪੜਾ ਲਾਹ ਲੂਹ ਦਿੰਦੀ, ਉੱਥੇ ਮੈਡਮ ਘੁੰਮਦੀ ਰਹਿੰਦੀ ਨੰਗੇ ਪੈਰੀ। ਸਿਫਤਾ ਜਾਨ ਨੂੰ ਵੇਖ ਲਓ, ਫਿਲਮ ਦੇ ਵਿੱਚ ਔਫਰ ਵੀ ਹੋ ਗਈ ਆ ਵੀ ਸਾਨੂੰ ਦੇ ਦਿਓ ਥੋੜ੍ਹਾ ਟਾਈਮ ਲਈ, ਅਤੇ ਇਹਦੀ ਫਿਲਮ 'ਚ ਅਸੀਂ ਸ਼ੂਟਿੰਗ ਕਰਨੀ ਆ। ਤੇਰੀ ਔਫਰ ਹੋ ਗਈ ਆ ਵੀ ਸਾਨੂੰ ਸਿਫਟ ਨੂੰ ਦੇ ਦਿਓ, ਅਸੀਂ ਫਿਲਮ ਵਿੱਚ ਸਿਫਤ ਨੂੰ ਲੈਣਾ ਵਾ। ਤੁਸੀਂ ਜਾਣਾ ਚਾਹੁੰਦੇ ਫਿਲਮ ਵਿੱਚ ਸਿਫਤ? ਦੇਖ ਲਓ ਇੱਥੇ, ਨੋ ਬੇਬੀ ਨੋ, ਵੀ ਗੋਇੰਗ ਬੇਬੀ। ਕਿੱਥੇ ਕਿੱਥੇ ਜਾਣੇ, ਕੀ ਕੀ ਆ ਦੱਸਿਓ? ਫਿਸ਼ ਹਾਂ ਵੇਖ ਲਓ ਫਿਰ, ਨਗਟਸ ਲੈ ਲਓ।
ਹਾਂ ਹਾਂ ਉਹ ਇੱਧਰ ਓਕੇ ਹਾਂ 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 ਆਪਣੀ ਦੋਵੇਂ ਰਹਿ ਗਏ ਜਾਨ ਸਾਡੀ ਨਿਕਲ ਗਈ ਚਾਚੂ ਨਾਲ ਜਾਨ ਦੇ ਬੂਟ ਆ ਵਾ ਜਾਨ ਆਪਣੀਆਂ ਜਰਾਬਾਂ ਤੇ ਸ਼ੂਜ਼ ਉਹ ਨਹੀਂ ਪਾਉਂਦੀ ਉਹਨੂੰ ਆਦਤ ਆ ਯਾਰ ਇਹ ਇਹ ਚੀਜ਼ ਮੈਂ ਸੁਣੀ ਕਹਿੰਦੇ ਜਿਹੜੇ ਬੱਚੇ ਹੁੰਦੇ ਨਾ ਇੱਥੇ ਬਾਹਰ ਨਾ ਜਿੱਦਾਂ ਬਾਹਰ ਤੇ ਉਹ ਗਰਮੀ ਮਹਿਸੂਸ ਕਰਦੇ ਆ ਉਹ ਠੰਡ ਨਹੀਂ ਕਹਿੰਦੇ ਹੁਣ ਜਿੱਦਾਂ ਤੁਸੀਂ ਨੰਗੇ ਪੈਰੀ ਨਾ ਤੁਰੇ ਫਿਰਦੇ ਆ ਇਹ ਵੀ ਪ੍ਰੈਫਰ ਕਰਦੀ ਆ ਨੰਗੇ ਪੈਰੇ ਰਹਿਣਾ ਇਹ ਵੀ ਨਹੀਂ ਇਹ ਸਾਨੂੰ ਛੱਡ ਛੁੱਟ ਕੇ ਇਹਦੇ ਚਾਚੂ ਪਤਾ ਨਹੀਂ ਕਿੱਧਰ ਘੁੰਮੇ ਜਾਂਦੇ ਆ ਗਏ ਆ ਜਾਓ ਇਹ ਸਾਡੇ ਤੋਂ ਇਹ ਚਾਚੂ ਨੂੰ ਚਾਚੂ ਨਹੀਂ ਜਾਣਾ ਚਾਹੀਦਾ ਕਿਸੇ ਪਾਸੇ ਆ ਵੀ ਆ ਜਾਓ ਇੱਥੇ ਬਹਿ ਜਾਓ ਨਹੀਂ ਬਹਿ ਜਾਓ ਚੀਜੀ ਆਣ ਵਾਲੀ ਮਨਸੀਤ ਚੀਜੀ ਆ ਜਾਣੀ ਚੀਜੀ ਚੀਜੀ ਫਿਰ ਅਸੀਂ ਮੰਮਾ ਤੇ ਪਾਪਾ ਨੇ ਚੀਜੀ ਖਾ ਜਾਣੀ ਹਾਏ ਜੰਮੀ ਜੰਮੀ ਚੀਜੀ ਮੰਮਾ ਤੇ ਪਾਪਾ ਨੇ ਚੀਜੀ ਖਾ ਜਾਣੀ ਜੰਮੀ ਜੰਮੀ ਓ ਮੈਂ ਤਾਂ ਖਾ ਵੀ ਲਈ ਮੇਰਾ ਤਾਂ ਢਿੱਡ ਵੀ ਭਰ ਗਿਆ ਇਹ ਕੌਣ ਆ ਅਵਲਦਾਰ ਯਾਰ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਵਲੌਗ ਵੇਖ ਕੇ ਸਾਨੂੰ ਸਕਰੀਨਸ਼ਾਟ ਨਹੀਂ ਭੇਜਣਾ ਚਾਹੀਦਾ ਯਾਰ ਬੰਦੇ ਦਾ ਮੂੰਹ ਕਿੱਦਾਂ ਦਾ ਵੀ ਹੋ ਸਕਦਾ ਫੋਟੋ ਸੋ ਬਾਏ ਬਾਏ ਜਾਨ ਆ ਜਾ ਪੁੱਤ ਤਾਤੂ 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 ਮੱਤੀ ਦੇ ਆਪੇ ਆ ਜਾਣਾ ਇਹਨੇ ਦੇਖ ਆਪੇ ਕੰਮ ਕੰਮ ਚਾਚੂ ਤੇਰਾ ਛੋਟਾ ਭਰਾ ਨਹੀਂ ਹੈ ਸਾਰਾ ਦਿਨ ਮਗਰ 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 ਕੰਮ 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 ਇਹਨੇ ਆਉਣਾ ਉਦੋਂ ਜਦੋਂ ਇਹਦੀ ਚੀਜੀ ਆ ਗਈ ਚੀਜੀ ਆ ਗਈ ਸਿੱਧੂ ਚੀਜੀ ਆ ਗਈ ਚੀਜੀ ਚੀਜੀ ਆ ਗਈ ਵੇਦਾ ਹੀ ਪਹਿਲਾਂ ਟੇਬਲ ਚੈੱਕ ਟੇਬਲ ਦੇਖ ਲਾ ਚੀਜੀ ਆ ਗਈ ਆਈ ਆਈ ਪੱਪੂ ਦੇਖਣ ਆ ਗਏ ਕਿੰਨਾ ਪੱਪੂ ਆ ਨਿੱਕੂ ਜਿਹਾ ਸਾਡਾ ਫੂਡ ਆ ਗਿਆ ਬਟ ਮੇਰਾ ਨਹੀਂ ਆਇਆ ਅਜੇ ਇਹ ਇਹਨਾਂ ਦੇ ਬਰਗਰ ਆ ਗਏ ਆ ਮੈਡਮ ਦੇ ਨਗਟਸ ਚਿਪਸ ਆ ਗਏ ਆ ਜੇ ਮੈਨੂੰ ਪਤਾ ਹੁੰਦਾ ਇਹਨਾਂ ਨਾਲ ਵੀ ਚਿਪਸ ਆਉਂਦੇ ਆ ਕਿਉਂਕਿ ਇਹ ਫਸਟ ਟਾਈਮ ਹੈ ਮੈਨੂੰ ਪਤਾ ਨਹੀਂ ਸੀ ਮੈਂ ਜਾਂ ਚੰਗੀ ਤਰ੍ਹਾਂ ਪੜਿਆ ਨਹੀਂ ਮੈਨੂੰ ਬੈਠੋ ਪਹਿਲਾਂ ਜੇਰ ਤੇ ਅਸੀਂ ਇਹ ਵੀ ਆਰਡਰ ਕਰ ਲਿਆ ਹੁਣ ਪਤਾ ਨਹੀਂ ਮੇਰੇ ਮੇਰੇ ਰੈਪ ਨਾਲ ਕੀ ਕੀ ਆਇਆ ਨਾ ਅੱਜ ਬੰਦੇ ਆਪਣੇ ਜੇਰ ਸਾਈਡ ਤੇ ਕਰ ਪੁੱਤ ਨੂੰ ਦਾਂ ਕਰਾਂਗੇ ਓਕੇ ਇਹ ਕੋਣ ਪਤਾ ਮੈਂ ਤੈਨੂੰ ਬੋਨਾ ਵੇਟ ਕਰ ਹਾਂਜੀ ਜਾਨ ਮੰਮਾ ਦਾ ਵੀ ਆ ਗਿਆ ਜੀ ਮੰਮਾ ਦਾ ਪਹਿਲਾਂ ਹੀ ਜਾਨ 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 ਹੋਣੀ ਤਾਂ ਬਿਜ਼ੀ ਹੈ ਇਸ ਟਾਈਮ ਆ ਦੇਖ ਲਓ ਸਿਫਟ ਦੇ ਹਾਲ ਕਿੱਥੇ ਚੱਲ ਗਿਆ ਸੀ ਪੁੱਤ ਜਾਨ ਤੇ ਬਹਿ ਜਾ ਜਾਨ ਜਾਨ ਜੀ ਲੱਗ ਪੈਣੀ ਬੜਾ ਮਜ਼ਾ ਤੇਰੇ ਗੱਲਾਂ ਪੁੱਤ ਯਾਰ ਨਹੀਂ ਮੈਂ ਜੋਰੀ ਸਾਹਿਬ ਕਿਸੇ ਟਾਈਮ ਨਹੀਂ ਜਾਨ ਜਾਨ ਕੀ ਫੋਟੋ ਸ਼ੂਟ ਹੋ ਰਿਹਾ ਤੁਹਾਡਾ ਜਾਨ ਫੋਟੋ ਸ਼ੂਟ ਹੋ ਰਿਹਾ ਚਲੋ ਜਾਨ ਹਾਂ ਫਿਫਤਾ ਜੀ ਸਿਫਤ ਨਾਲ ਗੱਲ ਕਰਾ ਦੋ ਬਈ ਟਾਊ ਟਾਊ ਨੂੰ ਫੋਨ ਲਾ ਲੋ ਬਚ ਕੀ ਲੈਣਾ ਉਹਨੂੰ ਆ ਲੈ ਨਹੀਂ ਕੀ ਇਹ ਇਹ ਨਹੀਂ ਦਿੰਦਾ ਮਿੱਠੀਆਂ ਅਸੀਂ ਬਹੁਤ ਜ਼ਿਆਦਾ ਸ਼ਾਪਿੰਗ ਕਰ ਕਹਿੰਦੇ ਬਸ ਬੰਦ ਹੋ ਗਿਆ ਬਸ ਹਾਂ ਅਸੀਂ ਸਾਰਾ ਮਾਲ ਖਰੀਦ ਲਿਆ ਹੁਣ ਅਸੀਂ ਨਿਕਲ ਲੱਗੇ ਹਾਂਜੀ ਕਹੂਗਾ ਚੱਲ ਝੂਟਾ ਦੇ ਦੋ ਪੁੱਤ ਆ ਵੀ ਆ ਗਿਆ ਸਨੀ ਇੱਥੇ ਖੜਾ ਦੇ ਇਹਨੂੰ ਜਾ ਛੇਤੀ ਝੂਟਾ ਦੇ ਕੇ ਧਿਆਨ ਨਾਲ ਧਿਆਨ ਨਾਲ ਯੇ ਬਾਏ ਕਰ ਦੋ ਬਾਏ 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 ਸਵੀਟੀ ਬਾਏ
ਉਧਰ ਪੁੱਤੀ ਮਨਸੀਤ ਉਹ ਦੇਖੋ ਆਹ ਵੀ ਟੌਇਜ਼ ਦੇਖ ਸ਼ੇਰ ਦੇਖ ਲੈ ਭੱਜ ਗਈ ਹੋ ਨਾ ਦੇਖੀ ਇੱਧਰ ਖੇਡਦੇ ਆ ਆਹ ਵਾਲਾ ਕੋਈ ਨਹੀਂ ਹੈਗੀ ਨਾ ਕੋਈ ਵੀ ਆਪਣੇ ਕੋਲ ਚੱਲਣੀ ਕਿੱਦਾਂ ਹੈ ਨੋ ਪੈਸਾ ਨੋ ਪਲੇ ਸਾਨੂੰ ਨਹੀਂ ਪਤਾ ਸੀ ਬੱਚੇ ਦੇ ਨਾਲ ਆ ਰਹੇ ਕੋਇਨ ਲੈ ਕੇ ਆਉਂਦੇ ਪੈਸੇ ਪੈਸੇ ਸਾਡੇ ਕੋਲ ਸਵੇਰੇ ਵੀ ਨਹੀਂ ਹੈਗੇ ਕੈਸ਼ ਮੱਥਾ ਟੇਕਣ ਨੂੰ ਮਾਸਾ ਹੀ ਲੱਭੇ ਪਾਪਾ ਨੇ ਪਰਸ ਖੋਲੇ ਕਿੰਨੀ ਸਾਰੀ ਕੈਸ਼ ਨਿਕਲੂਗੀ ਹੁਣ ਲੈ ਲਓ ਇੰਡੀਆ ਵਾਲੇ ਪੈਸੇ ਨਿਕਲ ਗਏ 10 ਰੁਪਏ 100 ਰੁਪਏ ਬਸ ਦੈਟਸ ਇਟ ਅੱਛਾ ਕੋਈ ਨਹੀਂ ਹੈਗੀ ਹਰਿਵਿੰਦਰ ਸਾਹਿਬ ਚੜ ਗਿਆ ਇਹ ਝੂਟਾ ਦੇਣ ਚੱਲੇ ਚੱਲ ਛੇਤੀ ਆ ਜਾਓ ਇੱਕ ਝੂਟਾ ਦੇ ਕੇ ਬਾਏ ਜਾਨ ਸਾਡੀ ਨੂੰ 5 ਮਿੰਟ ਹੋ ਗਏ ਮੈਨੂੰ ਵੇਟ ਕਰਦੀ ਨੂੰ ਜਾਨ ਜਾਨ ਜੇ ਵੀ ਨਹੀਂ ਆਈ ਬਾਪੂ ਨੂੰ ਤੰਗ ਕਰਨ ਉਹ ਵੀ ਲੈ ਗਏ ਕਹਿੰਦੇ ਹੋਣੇ ਮੈਂ ਕਿ ਝੂਟਾ ਦੇ ਆਵਾਂ ਦਿੰਦੇ ਰਹੋ ਝੂਟੇ ਹਾਂ ਉਹ ਫਾਈਨਲੀ ਜਾਨ ਆ ਗਈ ਸਾਡੀ ਖੁਸ਼ ਹੋ ਨਾ ਖੁਸ਼ ਹੈ ਪੁੱਤ ਤੂੰ ਖੁਸ਼ ਚਾਹੀਦਾ ਕਿਉਂਕਿ ਸਾਡੀ ਅੱਜ ਦੇ ਦਿਨ ਦੀ ਹੋ ਗਈ ਬਸ ਸਾਡੀ ਸਮਾਂ ਆਹੀ ਨਹੀਂ ਹੁਣ ਬਸ ਸਾਡੀ ਵਾਹ ਪੇਸ਼ ਖਤਮ ਸਾਡੀ ਗਰੋਸਰੀ ਅੱਜ ਵੀ ਨਹੀਂ ਹੋਈ ਅੱਜ ਮੈਂ ਕੱਲੀ ਆਉਂਗੀ ਲੈ ਕੇ ਝੂਟੇ ਬਸ ਹੁਣ ਪੁੱਤ ਝੂਟੇ ਝੂਟੇ ਥੋੜੀ ਇੰਨੇ ਲਈਦੇ ਹੁੰਦੇ ਪੁੱਤ ਹੁਣ ਤਾਂ ਮਾਲ ਵੀ ਬੰਦ ਹੋ ਗਿਆ ਬੰਦ ਹੋ ਗਿਆ ਨਾ ਰਾਤ ਪੈ ਗਈ ਕਹਿੰਦੇ ਨਿਕਲ ਜਾ ਇੱਥੋਂ ਹਾਂ ਮੰਮ ਕਹਿੰਦੇ ਟੱਕਣ ਟੁੱਕਣ ਕਿੱਥੇ ਸੁੱਟ ਲਿਆ ਤਾਂ ਇਹਨੇ ਰਹਿਣ ਦੋ ਵੀ ਨਾ ਯਾਦ ਕਰਾਇਓ ਗਲੀ ਚ ਪੈ ਜਾਣਾ ਬਾਬਾ ਟੱਕ ਟੱਕਣ ਨਹੀਂ ਲੱਭਾ ਘਰ ਨਹੀਂ ਜਾਵਾਂਗੇ ਹਾਂ ਵੈਸੇ ਮੌਸਮ ਬੜਾ ਸੋਹਣਾ ਵਾ ਇੱਥੇ ਦਿਲ ਕਰਦਾ ਮੰਜਾ ਡਾਇਆ ਹੋਵੇ ਉਹ ਦਿਆ ਹੈ ਪੀਪੀ ਮੇਰੀ ਸੁਣਦੇ ਮੈਂ ਕਿਹਾ ਵੈਦਰ ਇੰਨਾ ਸੋਹਣਾ ਇੱਥੇ ਮੰਜਾ ਡਾਇਆ ਹੋਵੇ ਇੱਕ ਬੰਦਾ ਬੈਠਾ ਹੋਵੇ ਚਾਹ ਚਾਹ ਚਲੋ ਮੈਂ ਪੀਂਦੀ ਨਹੀਂ ਕਾਫੀ ਪੀ ਕੇ ਆਏ ਬਟ ਫਿਰ ਵੀ ਕਾਫੀ ਦਾ ਕੱਪ ਇੱਕ ਹੋਰ ਲਿਆ ਹੋਵੇ ਮਜ਼ਾ ਆ ਜਾਵੇ ਨੋ ਕਿਉਂ ਯੈਸ ਹਾਂ ਸੰਧੂ ਸਾਹਿਬ ਦੀ ਵੀ ਜੌਬ ਹੈ ਗਈ ਇਸ ਤਰ੍ਹਾਂ ਸੰਧੂ ਸਾਹਿਬ ਆਪਣੀ ਡਿਊਟੀ ਤੇ ਲੱਗ ਗਏ ਕੱਪੜੇ ਜਦੋਂ ਵੀ ਵਾਸ਼ ਕਰਾਉਣੇ ਜਾਂ ਡਰਾਈ ਕਰਾਉਣੇ ਇੰਨੇ ਮੈਡਮ ਨੇ ਜੋੜਨੇ ਨਹੀਂ ਆ ਮੈਨੂੰ ਜੋੜਨੇ ਹਾਂ ਬੋਲ ਦੋ ਇੱਕ ਚੀਜ਼ ਸਹੀ ਕਿਹਾ ਹੈ ਸੰਧੂ ਸਾਹਿਬ ਦੀ ਡਿਊਟੀ ਪਹਿਲੀ ਗੱਲ ਤੇ ਸਾਡੇ ਕੱਪੜੇ ਧੋਪਦੇ ਨਹੀਂ ਛੇਤੀ ਲਾਉਂਡਰੀ ਜੇ ਦੇ ਆਈਦੇ ਆ ਅਸੀਂ ਇੱਕ ਦਿਨ ਉੱਥੇ ਪਏ ਰਹਣੇ ਉਹ ਸਾਨੂੰ ਐਕਸਟਰਾ ਪੈਸੇ ਪੈਂਦੇ ਆ ਫਿਰ ਅਸੀਂ ਅਗਲੇ ਦਿਨ ਪਿੱਕ ਕਰਨੇ ਇੱਕ ਵਾਰੀ ਸਾਡੇ ਕਰਕੇ ਐਕਸਟਰਾ ਪੈਸੇ ਪਾਉਣ ਲੱਗ ਪਿਆ ਵੀ ਤੁਸੀਂ ਕੱਪੜੇ ਖੜਦੇ ਨਹੀਂ ਜੇ ਨਾ ਖੜਦੇ ਹੀ ਨਹੀਂ ਆ ਨਹੀਂ ਉਹ ਚਾਰਜ ਕਰਦੇ ਅਗਰ ਅਸੀਂ ਨਾ ਖੜੀਏ ਨਾ ਇੱਕ ਰਾਤ ਅਸੀਂ ਹੈਕ ਕਰੀ ਤਾਂ ਹੱਦ ਹੀ ਕਰਦੀ 2 ਦਿਨ ਬਾਅਦ ਚੱਕੇ ਸੀ ਕਿ ਕੱਪੜੇ ਚੇਤਾ 3 ਦਿਨ ਬਾਅਦ $6 ਸਾਡੀ ਉਹ ਵਿਚਾਰੀ ਨੂੰ ਦੇ ਦੋ ਨਿਆਣੀ ਨੂੰ 8 ਡਾਲਰ ਐਕਸਟਰਾ ਦੇ ਗਏ 4 ਦਿਨ ਬਾਅਦ ਚੱਕੇ ਆਹੋ 4 ਦਿਨ ਹਾਂ ਉਹ ਇੱਕ ਦਿਨ ਇੱਕ ਪਹਿਲੋਂ ਨਹੀਂ ਐਕਸਟਰਾ ਪੈਸੇ ਲੈਣ ਜੇ ਕਹਿੰਦੇ ਤੁਸੀਂ ਲੱਗਦਾ ਤੁਹਾਡੇ ਕੱਪੜੇ ਕਾਫੀ ਆ ਵੀ ਤੁਹਾਨੂੰ ਪਰਵਾਹ ਨਹੀਂ ਹੁੰਦੀ ਵਾ ਤੁਸੀਂ ਖੜਦੇ ਨਹੀਂ ਛੇਤੀ ਕੱਪੜੇ ਕਾਫੀ ਨਹੀਂ ਉਹਨਾਂ ਨੂੰ ਇਹ ਢੀਠ ਬੰਦੇ ਆ ਬੇਸ਼ਰਮ ਬੰਦੇ ਆ ਰਜਾ ਬਿਨ ਕਰਕੇ ਆ ਬਿਨ ਕਰ ਦੇ ਹੱਥ ਨਾਲ ਲਾ ਲੈ ਬਾਤ ਨੂੰ ਮੇਰੇ ਕੱਪੜੇ ਜੋੜਨੇ ਪਤਾ ਕੀ ਹੁੰਦੇ ਆ ਉਹ ਜੁੜੇ ਨਾ ਖਲਾਰਦੀ ਮੈਡਮ ਜੀ ਆਪੇ ਜੁੜਿਆ ਆ ਦਾ ਮੂੰਹ ਸੇ ਆਹੋ ਇਹ ਆ ਦਾ ਕੀ ਜੁੜਿਆ ਮੈਂ ਇਹ ਦੱਸ ਮੈਂ ਤਾਂ ਇਦਾਂ ਹੀ ਕਰ ਲਈ ਹਾਂ ਯਾਰ ਆ ਦੇਖ ਸਨੀ ਇਦਾਂ ਜੋੜੋ ਆ ਜਾ ਗਾ ਸੌਖਾ ਕਰ ਉਹ ਨਹੀਂ ਨਹੀਂ ਬਾਬਾ ਮੈਂ ਨਹੀਂ ਹੁੰਦੇ ਆ ਨਹੀਂ ਨਹੀਂ ਮਿਹਰਬਾਨੀ ਨਹੀਂ ਤਾਂ ਨਾ ਸੇ ਸਾਡੀ ਮਰਜ਼ੀ ਲਾਗੇ ਕੱਪੜੇ ਛੱਡੋ ਯਾਰ ਤੂੰ ਬਾਅਦ ਜੋੜਨੇ ਨਹੀਂ ਆ ਉਹ ਡਿਊਟੀ ਤੇਰੀ ਆ ਤੇ ਹੋ ਤਾਂ ਬਾਅਦ ਜੋੜ ਲਿਓ ਕੱਪੜੇ ਅਹੀਂ ਤੇ ਤਾਂ ਹੀ ਕਹਿੰਦੇ ਮਤਲਬ ਤੂੰ ਉਹ ਤਾਂ ਚਾਚੂ ਚਾਚੂ ਹੀ ਤਾਂ ਕਹਿੰਦੇ ਤੇਰਾ ਕੰਮ ਲੇਟ ਹੋਵੇ ਆਹੋ ਕੱਪੜੇ ਜੋੜਨ ਨਾਲ ਤੂੰ ਫਿਨਿਸ਼ ਨਾ ਕਰ ਲੈ ਛੇਤੀ ਤੇ ਵੇਲੀ ਆ ਸਣੀ ਫਰੂਟ ਵਗੈਰਾ ਵੀ ਨਹੀਂ ਕਰਨੇ ਉਹਦਾ ਚਿੱਤੇ ਪਾਪਾ ਦਾ ਮੇਨ ਐਪਲ ਹੀ ਆ ਇਕੱਲੇ ਘਰੇ ਇੱਕ ਇੱਕ ਹੀ ਆ ਫਿਰ ਕੀ ਤੈਨੂੰ ਬਣਾਉਣੀ ਬਾਕੀ ਫਿਰ ਸਮੂਥੀ ਸਮੂਥੀ ਬਣਾਉਣੀ ਆ ਬਣਾਣੇ ਨਹੀਂ ਹੈਗੇ ਹਾਏ ਯਾਰ ਮੇਰੇ ਸਵੇਰ ਦਾ ਮੇਰਾ ਬ੍ਰੇਕਫਾਸਟ ਹੀ ਸਮੂਦੀ ਆ ਗਰੀਬਣੀ ਦਾ ਫਿਰ ਆਪਾਂ ਪੈਗਨ ਸੇਵ ਤੋਂ ਤੇ ਆਏ ਫਿਰ ਉੱਥੇ ਆਪਾਂ ਲੈ ਮੈਂ ਜਨਾਬ ਤੁਹਾਨੂੰ ਉੱਥੇ ਕਿਹਾ ਸੀ ਤੁਸੀਂ ਨਹੀਂ ਮੰਨੇ ਸੀ ਮੈਂ ਤੁਹਾਨੂੰ ਕਿਹਾ ਸੀ ਉੱਥੇ ਪੈਕ ਭਾਜੀ ਪੈਕਨ ਸੇਵ ਤੋਂ ਸਾਹਮਣੇ ਆ ਗੱਲ ਤੇ ਹੋਈ ਪਤਾ ਕੀ ਹੋਇਆ ਸੀ ਥੱਕੇ ਬੜੇ ਹਾਂ ਇੱਕ ਮਨਸੀਤ ਤੰਗ ਕਰੀ ਜਾਂਦੀ ਸੀ ਤੇ ਉੱਪਰੋਂ ਮੀਂਹ ਆਈ ਜਾਂਦਾ ਸੀਗਾ ਮੀ ਨਾ ਨਾ ਤੁਸੀਂ ਥੱਕੇ ਨਾ ਮੀਂਹ ਆਉਣ ਡਿਆ ਗੱਲ ਇਹ ਹੀ ਜਿਹੜੇ ਤੁਸੀਂ ਦੁਪਹਿਰਾਂ ਦੇ ਪਕੌੜੇ ਖਾਦੇ ਉਹਨੇ ਚਾੜੀ ਸੁਸਤੀ ਪਾਈ ਕਾਫੀ ਵੀ ਪੀਤੀ ਉੱਥੇ ਮੈਂ ਕਿੰਨੇ ਚਿਰ ਸੁੱਤਾ ਰਿਹਾ ਵੇਖ ਲਓ ਇੱਕ ਵਾਰ ਸੁੱਤਾ ਮੈਂ ਛੱਡੋ ਜਿਹੜਾ ਤੁਸੀਂ ਤਾਂ ਪਕੌੜੇ
ਪਕੌੜੇ ਖਾ ਕੇ ਸੁੱਤੇ ਜਾਣਾ ਅਸੀਂ ਤਾਂ ਪਕੌੜਿਆਂ ਤੋਂ ਬਾਅਦ ਤਾਂ ਚਿਕਨ ਬਰਗਰ ਮੈਂ ਰੈਪ ਚਿਪਸ ਅਸੀਂ ਤਾਂ ਕੈਫੇ ਚ ਕਾਫੀ ਕੂਫੀ ਪੀ ਕੇ ਆਏ ਫਿਰ ਥੱਕੇ ਹਾਂ ਮੈਂ ਤਾਂ ਉਹ ਦੱਸਣ ਦੇ ਮੈਂ ਤਾਂ ਮੈਨੂੰ ਨੀਂਦ ਇੰਨੀ ਚੜੀ ਸੁਸਤੀ ਪਈ ਮੈਂ 4 ਘੰਟੇ ਸੁੱਤਾ ਰਿਹਾ ਪੂਰੇ ਹਾਂ ਤੁਸੀਂ ਆ ਹੁਣੇ ਵਧੀਆ ਤੁਸੀਂ ਨੀਂਦ ਲਈ ਲਈ ਹੁਣੇ ਤੋਂ ਉੱਠਿਆ ਨਾ ਵੀ ਭਰਾਵਾ ਹੀ ਮਾਂ ਦੇ ਦੱਸ ਯਾਰ ਹੱਦ ਹੋ ਗਈ ਇਹਨਾਂ ਵਾਲੀ ਚਾਚੀ ਭਤੀਜੀ ਵਾਲੀ ਯਾਰ ਯੇ ਤੂੰ ਟੱਡੀ ਆ ਗਈ ਤੈਨੂੰ ਖੁਰਪਾ ਦੀ ਬਾਚ ਸੱਚ ਆ ਮੈਨੂੰ ਗਾਲਾਂ ਪਵਾ ਦੇ ਸੋਖੀ ਰਹਿ ਗਈ ਹੁਣ ਦੋਵੇਂ ਇੱਕੋ ਜੇ ਵਿਹਲੇ ਜੇ ਇੱਧਰ ਵੇਖੋ ਕਿੰਨਾ ਮੁੰਡਾ ਕੰਮ ਕਰਦਾ चल फिर उठो ग्रोसरी कर ली चलिए मैं सनी फेरी चेंज कर ग्रोसरी का कम नबेड़िए मैं कहनी यार चलो फिर अपने को दाल बाटियां भी वैसे आने वाली मैं कहनी इंडियन स्टोर वाला फिर किसी दिन कम कट लांगे है ना कितने बजे तक इंडियन स्टोर बंद हो जाने है ना नहीं नहीं वैसे उठे आप जो जाने हैं पैकन से वो सामने केड़े है अपने क्वालिटी नहीं वो क्वालिटी थोड़ी लोटस है ना जे हैगी है दाल दूल आने वाली थोड़ी बहुत ही बाकी सामान तो है जय पुत जय जय ओ डोल के थोड़ा ओ डोल के थोड़ा ले ला ओ डोल गई जय जय होगी पुत जय डुल गई डुल चल हो निबड़िया कम।